ਰੋਹਿਤ ਸ਼ਰਮਾ ਹੈਗਾ ਲੜਕਾ ਪਿੰਡ ਕੀੜੀਆਂ ਮੰਗਿਆਲ ਦਾ ਤਾਰਾਗੜ੍ਹ ਥਾਣੇ ਦੇ ਵਿੱਚ। ਇਹ ਲੜਕਾ ਨੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਿਆ ਅਤੇ ਇਹਨੇ ਹੋਰ ਆਪਦੇ ਜਿਹੜੇ ਜਾਣਕਾਰ ਲੋਕ ਹੈ ਅਤੇ ਹੋਰ ਮੁੰਡੇ ਉਹਨਾਂ ਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੈਨੂੰ ਪੈਸੇ ਦਿਓ ਅਤੇ ਮੈਂ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਰੈਂਕ 'ਤੇ ਭਰਤੀ ਕਰਵਾ ਸਕਦਾ। ₹8 ਲੱਖ ਜੇ ਤੁਸੀਂ ਮੈਨੂੰ ਦਿਓਗੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਹੈੱਡ ਕੋਂਸਟੇਬਲ ਭਰਤੀ ਕਰਵਾ ਸਕਦਾ ਅਤੇ ₹26 ਲੱਖ ਦੇ ਵਿੱਚ ਮੈਂ ਤੁਹਾਨੂੰ ਥਾਣੇਦਾਰ ਭਰਤੀ ਕਰਵਾ ਸਕਦਾ। ਇੱਕ ਪਰਿਵਾਰ ਦੇ ਨਾਲ ਸੁਜਾਨਪੁਰ ਡੀਲ ਵੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਇਹ ਉਹਦੇ ਬੱਚੇ ਦੇ ਸਰਟੀਫਿਕੇਟ ਲੈ ਲਏ ਅਤੇ ₹50,000 ਵੀ ਲੈ ਲਿਆ। ਠੱਗੀ ਮਾਰਨ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਅਤੇ ਜੇਕਰ ਇਹੀ ਠੱਗੀ ਤੁਹਾਨੂੰ ਪੁਲਿਸ ਵਿੱਚ ਨੌਕਰੀ ਦਵਾਉਣ ਲਈ ਮਾਰੀ ਗਈ ਹੋਵੇ। ਜੀ ਹਾਂ, ਅਜਿਹੀ ਠੱਗੀ ਦਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਹਿਤ ਸ਼ਰਮਾ ਨਾਂ ਦਾ ਨੌਜਵਾਨ ਨਕਲੀ SI ਬਣ ਕੇ ਭੋਲੇ ਪਾਲੇ ਲੋਕਾਂ ਨੂੰ ਠੱਗਦਾ ਸੀ। ਇਸ ਵੱਲੋਂ ਪਹਿਲਾਂ ਤਾਂ ਪੁਲਿਸ ਦੀ ਵਰਦੀ ਪਾ ਕੇ ਫੋਟੋ ਖਿਚਵਾਈ ਗਈ ਅਤੇ ਬਾਅਦ ਵਿੱਚ ਉਸ ਫੋਟੋ ਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ ਗਿਆ। ਇਸ ਵੱਲੋਂ ਕਾਂਸਟੇਬਲ ਬਣਨ ਲਈ 8 ਲੱਖ ਅਤੇ ਥਾਣੇਦਾਰ ਬਣਨ ਲਈ ₹26 ਲੱਖ ਦੀ ਮੰਗ ਕੀਤੀ ਜਾਂਦੀ ਸੀ। ਉਧਰ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਡੇ ਨੋਟਿਸ ਦੇ ਵਿੱਚ ਮਸਲਾ ਆਇਆ ਹੈ ਕਿ ਰੋਹਿਤ ਸ਼ਰਮਾ ਹੈਗਾ ਲੜਕਾ ਪਿੰਡ ਕੀੜੀਆਂ ਮੰਗਿਆਲ ਦਾ ਤਾਰਾਗੜ੍ਹ ਥਾਣੇ ਦੇ ਵਿੱਚ। ਇਹ ਲੜਕਾ ਨੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਿਆ ਅਤੇ ਇਹਨੇ ਹੋਰ ਆਪਦੇ ਜਿਹੜੇ ਜਾਣਕਾਰ ਲੋਕ ਹੈ ਅਤੇ ਹੋਰ ਮੁੰਡੇ ਉਹਨਾਂ ਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੈਨੂੰ ਪੈਸੇ ਦਿਓ ਅਤੇ ਮੈਂ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਰੈਂਕ 'ਤੇ ਭਰਤੀ ਕਰਵਾ ਸਕਦਾ। ਜਿਹਦੇ 'ਚ ਇਹਨੇ ਕਿਹਾ ਕਿ ₹8 ਲੱਖ ਜੇ ਤੁਸੀਂ ਮੈਨੂੰ ਦਿਓਗੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਹੈੱਡ ਕੋਂਸਟੇਬਲ ਭਰਤੀ ਕਰਵਾ ਸਕਦਾ ਅਤੇ ₹26 ਲੱਖ ਦੇ ਵਿੱਚ ਮੈਂ ਤੁਹਾਨੂੰ ਥਾਣੇਦਾਰ ਭਰਤੀ ਕਰਵਾ ਸਕਦਾ। ਇਸ ਦੇ ਸੰਬੰਧ ਵਿੱਚ ਇਹਨੇ ਇੱਕ ਪਰਿਵਾਰ ਦੇ ਨਾਲ ਸੁਜਾਨਪੁਰ ਡੀਲ ਵੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਇਹ ਉਹਦੇ ਬੱਚੇ ਦੇ ਸਰਟੀਫਿਕੇਟ ਲੈ ਲਏ ਅਤੇ ₹50,000 ਵੀ ਲੈ ਲਿਆ ਅਤੇ ਉਹ ਡੀਲ ਦੇ ਸੰਬੰਧ ਵਿੱਚ ਹੀ ਇਹ ਦੁਬਾਰ ਤੋਂ ਉਹਨਾਂ ਦੇ ਘਰ ਗਿਆ ਹੋਇਆ ਸੀਗਾ ਅਤੇ ਉਹ ਪਰਿਵਾਰ ਵਾਲਿਆਂ ਨੂੰ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਇਸ ਕਰਕੇ ਅਸੀਂ ਇਹਨੂੰ ਉੱਥੇ ਜਾ ਕੇ ਮੌਕੇ 'ਤੇ ਅਰੈਸਟ ਕਰ ਲਿਆ। ਮੁੜ ਕੇ ਇਹਦੀ ਪੁੱਛਗਿੱਛ ਦੇ ਬੇਸ 'ਤੇ ਅਸੀਂ ਇਹਦੇ ਘਰੋਂ ਇਹਦੀ ਜਿਹੜੀ ਇਹਨੇ ਵਰਦੀ ਸਵਾਈ ਹੋਈ ਸੀ ਸਰਨੇ ਤੋਂ ਉਹ ਵੀ ਰਿਕਵਰ ਕਰ ਲਈ ਹੈ ਅਤੇ ਜਿਹੜੇ ਇਹਨੇ ਉਹ ਲੜਕੀ ਦੇ ਸਰਟੀਫਿਕੇਟ ਲਏ ਸੀਗੇ ਉਹਨੂੰ ਭਰਤੀ ਕਰਾਉਣ ਵਾਸਤੇ ਉਹ ਵੀ ਅਸੀਂ ਰਿਕਵਰ ਕਰ ਲਏ ਆ। ਅਤੇ ਇਹ ਜਦੋਂ ਦਾ ਇਹ ਕੰਮ ਕਰ ਰਿਹਾ ਸੀਗਾ ਤਾਂ ਇਹਨੇ ਉਹਦੇ ਵਿੱਚ ਆਪਦੀਆਂ ਜਿਹੜੀਆਂ ਫੋਟੋਆਂ ਵਰਦੀ ਦੇ ਨਾਲ ਖਿੱਚ ਕੇ ਫੇਸਬੁੱਕ ਵਗੈਰਾ 'ਤੇ ਪਾਈਆਂ, ਵਟਸਐਪ 'ਤੇ ਆਪਦੇ ਦੋਸਤਾਂ ਨੂੰ ਭੇਜੀਆਂ ਸਾਰਿਆਂ ਨੂੰ, ਇਹਨੇ ਪਿੰਡ ਦੇ ਵਿੱਚ ਵੀ ਇਹਨੇ ਇਹ ਗੱਲ ਫੈਲਾਈ ਕਿ ਮੈਂ ਭਰਤੀ ਹੋ ਗਿਆ। ਅਤੇ ਇਸ ਕਰਕੇ ਉਹ ਜਿਹੜੇ ਲੋਕ ਸੀ ਭੋਲੇ ਵਾਲੇ ਲੋਕ ਉਹ ਇਹਦੀਆਂ ਗੱਲਾਂ ਦੇ ਵਿੱਚ ਆਉਣ ਲੱਗ ਗਏ ਅਤੇ ਇਹਦੇ ਨਾਲ ਉਹਨਾਂ ਨੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਭਰਤੀ ਹੋਣ ਵਾਸਤੇ। ਇਹਦੇ ਵਿੱਚ ਹੀ ਅਸੀਂ ਮੁਕੱਦਮਾ ਨੰਬਰ 44 ਥਾਣਾ ਸੁਜਾਨਪੁਰ ਦਾ ਦਰਜ ਕੀਤਾ ਹੈਗਾ ਅੰਡਰ ਸੈਕਸ਼ਨ 420 IPC। ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।